ਅਸੀਂ ਪਹੁੰਚੇ ਹਾਂ ਮਾਡਲ ਟਾਊਨ ਲੁਧਿਆਣਾ ਦੇ ਵਿੱਚ ਜਿੱਥੇ ਬੜੇ ਮਸ਼ਹੂਰ ਨੇ ਸਰਦਾਰ ਜੀ ਗੋਲਗੱਪਿਆਂ ਵਾਲੇ ਜੀ ਹਾਂ ਬਿਲਕੁਲ ਸਰਦਾਰ ਜੀ ਗੋਲਗੱਪਿਆਂ ਵਾਲੇ ਤੁਸੀਂ ਅਕਸਰ ਹੀ ਪ੍ਰਵਾਸੀ ਜਿਹੜੇ ਮਜ਼ਦੂਰ ਹੁੰਦੇ ਆ ਉਹਨਾਂ ਨੂੰ ਗੋਲਗੱਪਿਆਂ ਦੀਆਂ ਰੇੜੀਆਂ ਲਾਉਂਦੇ ਦੇਖਿਆ ਹੋਊਗਾ ਪਰ ਇੱਥੇ ਸਰਦਾਰ ਸਾਹਿਬ ਦੇ ਗੋਲਗੱਪੇ ਬੜੇ ਮਸ਼ਹੂਰ ਨੇ ਤੇ ਲੋਕ ਜਿਹੜੇ ਦੀਵਾਨੇ ਨੇ ਸਰਦਾਰ ਸਾਹਿਬ ਦੇ ਗੋਲਗੱਪਿਆਂ ਦੇ ਗੱਲਬਾਤ ਕਰਦੇ ਆ ਕਿਸ ਤਰ੍ਹਾਂ ਜਿਹੜਾ ਗੋਲਗੱਪਿਆਂ ਦਾ ਕੰਮ ਉਹਨਾਂ ਨੇ ਜਿਹੜਾ ਸ਼ੁਰੂ ਕੀਤਾ ਸਰਦਾਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰਦਾਰ ਸਾਹਿਬ ਕੀ ਹਾਲ ਚਾਲ ਬਹੁਤ ਵਧੀਆ ਜੀ ਸਰਦਾਰ ਸਾਹਿਬ ਇੱਕ ਵੱਖਰੀ ਜੀ ਗੱਲ ਹੈ ਕਿ ਗੋਲਗੱਪਿਆਂ ਦੀ ਤੁਸੀਂ ਇੱਕ ਸਟਾਲ ਛੋਟੀ ਜੀ ਲਾਈ ਹੋਈ ਹੈ ਇਹ ਕਿਵੇਂ ਸਬਬ ਬਣ ਗਿਆ ਕਿ ਸਰਦਾਰ ਸਾਹਿਬ ਨੇ ਸੋਚਿਆ ਵੀ ਹੁਣ ਗੋਲਗੱਪੇ ਲਾਈਏ ਇਹ ਵੀ ਜੀ ਲੋਕਡਾਊਨ ਤੋਂ ਬਾਅਦ ਥੋੜਾ ਮੇਰਾ ਬਿਜ਼ਨਸ ਹੋਇਆ ਫਾਲ ਡਾਊਨ ਗਿਆ ਫਿਰ ਮੈਂ ਕਿਹਾ ਕਿਉਂ ਨਾ ਮੈਨੂੰ ਖਾਣ ਪੀਣ ਦਾ ਸ਼ੌਂਕ ਹੈ ਬਣਾਉਣ ਦਾ ਫਿਰ ਆਪਾਂ ਕਿਉਂ ਨਾ ਇਸ ਲਾਈਨ 'ਚ ਪਈਏ ਫਿਰ ਮੈਂ ਇਹ ਲਾਈਨ ਸ਼ੁਰੂ ਕੀਤੀ ਅਤੇ ਅੱਜ ਗੁਰੂ ਸਾਹਿਬ ਦੀ ਕਿਰਪਾ ਨਾਲ ਬਹੁਤ ਵਧੀਆ ਰਿਸਪੋਂਸ ਹੈ ਜੀ ਬਹੁਤ ਵਧੀਆ ਸ਼ੁਕਰ ਹੈ ਜੀ ਅਤੇ ਸਰਦਾਰ ਸਾਹਿਬ ਜਿੱਦਾਂ ਅਸੀਂ ਗੱਲ ਕਰ ਲਈਏ ਅਤੇ ਤੁਹਾਡੀ ਮੈਰਿਜ ਵੀ ਹੋਈ ਹੈ ਬੱਚੇ ਵੀ ਨੇ ਤੁਹਾਡੇ ਅਤੇ ਕਦੇ ਤੁਹਾਡੇ ਸਹੁਰਿਆਂ ਵੱਲੋਂ ਨਹੀਂ ਤਾਨਾ ਵੱਜਿਆ ਵੀ ਹੁਣ ਤੁਸੀਂ ਗੋਲਗੱਪੇ ਵੇਚੋਗੇ ਯਾਰ ਕਿਹੜਾ ਕੰਮ ਸ਼ੁਰੂ ਕਰ ਲਿਆ ਉਹ ਕਹਿੰਦੇ ਬਹੁਤ ਵਧੀਆ ਹੈ ਕਿਸੇ ਕੰਮ 'ਚ ਕੋਈ ਸ਼ਰਮ ਨਹੀਂ ਹੋਣੀ ਚਾਹੀਦੀ ਲੋਕ ਕੈਨੇਡਾ ਜਾ ਕੇ ਵੀ ਕੰਮ ਕਰਦੇ ਨੇ ਫਿਰ ਇੱਥੇ ਕਿਉਂ ਨਾ ਕਰੀਏ ਆਪਣਾ ਪੰਜਾਬ ਕਿਉਂ ਨਾ ਕਰੀਏ ਕਿਸੇ 'ਚ ਸ਼ਰਮ ਹੈ ਵੀਰ ਜੀ ਕੋਈ ਗੱਲ ਕੋਈ ਕੰਮ 'ਚ ਕੋਈ ਸ਼ਰਮ ਨਹੀਂ ਅਤੇ ਸਰਦਾਰ ਸਾਹਿਬ ਕਿਹੜੇ ਕਿਹੜੇ ਫਲੇਵਰ ਦੇ ਰਹੇ ਹੋ ਫਿਰ ਤੁਸੀਂ ਗੋਲਗੱਪੇ ਮੈਂ ਸਰ ਇਹ ਮਿੱਠਾ ਪਾਣੀ ਹੈ ਜੀ ਇਹ ਮਿੱਠਾ ਪਾਣੀ ਹੈ ਜੀ ਸਾਡੀ ਸਪੈਸ਼ਲ ਬੂੰਦੀ ਹੈ ਜੀ ਇਹ ਖੱਟਾ ਪਾਣੀ ਹੈ ਜੀ ਇਹ ਵੀ ਅਸੀਂ ਬੂੰਦੀ ਪਾਈ ਦੀ ਹੈ ਇਹ ਸਾਡਾ ਹਿੰਗ ਵਾਲਾ ਪਾਣੀ ਹੈ ਜੀ ਤੁਹਾਨੂੰ ਇੱਥੇ ਤਿੰਨ ਤਰ੍ਹਾਂ ਦੇ ਜਿਹੜੇ ਫਲੇਵਰ ਉਹ ਸਰਦਾਰ ਸਾਹਿਬ ਕੋਲ ਮਿਲਣ ਜਾਣੇ ਆ ਤੇ ਸਰਦਾਰ ਸਾਹਿਬ ਕਸਟਮਰਾਂ ਵੱਲੋਂ ਫਿਰ ਕਿੱਦਾਂ ਦਾ ਰਿਸਪੌਂਸ ਆਉਂਦਾ ਬਹੁਤ ਸ਼ੁਕਰ ਹੈ ਜੀ ਗੁਰੂ ਸਾਹਿਬ ਦੀ ਬਹੁਤ ਕਿਰਪਾ ਹੈ ਬਹੁਤ ਵਧੀਆ ਰਿਸਪੌਂਸ ਹੈ ਜੀ ਸਰਦਾਰ ਸਾਹਿਬ ਕਿੰਨੇ ਗੋਲਗੱਪੇ ਸੇਲ ਕਰਦੇ ਨੇ ਉਹ ਡੇਲੀ ਹਾਂਜੀ ਕਿੰਨੇ ਸੇਲ ਕਰਦੇ ਨੇ ਗੋਲਗੱਪੇ ਡੇਲੀ ਵੱਧ ਕਰ ਰਹੀ ਨੇ ਜੀ ਜਿੰਨੀ ਉਮੀਦ ਉਸ ਤੋਂ ਵੱਧ ਕਰ ਰਹੀ ਜੀ ਕੋਈ ਗਿਣਤੀ ਨਹੀਂ ਹੈ ਕੋਈ ਗਿਣਤੀ ਕਦੀ ਨਹੀਂ ਕੀਤੀ ਜੀ ਸੋ ਸਭ ਤੋਂ ਜਿਹੜੀ ਯਾਦ ਆਇਆ ਤੇ ਸਰਦਾਰ ਸਾਹਿਬ ਖੁਸ਼ ਦਿਲ ਬਹੁਤ ਨੇ ਖੁਸ਼ ਦਿਲ ਇੱਕ ਸਰਦਾਰ ਸਾਹਿਬ ਚੀਜ਼ ਤੁਹਾਡੀ ਲਿਖੀ ਵੀ ਹੋਈ ਹੈ ਕਿ ਫ੍ਰੀ ਗੋਲਗੱਪੇ ਖਾਣ ਲਈ ਮਿਲੋ ਤੇ ਕਿੱਦਾਂ ਫ੍ਰੀ ਗੋਲਗੱਪੇ ਕਿੱਦਾਂ ਮਿਲਦੇ ਉਹ ਇਦਾਂ ਵੀਰ ਜੀ ਮੇਰਾ ਪੇਜ ਬਣਿਆ ਇੰਸਟਾਗ੍ਰਾਮ ਤੇ ਖੱਟਾ ਮਿੱਟਾ ਕਾਰਨਰ ਦਾ ਉਹ ਤੁਸੀਂ ਮੈਂ ਕਸਟਮਰ ਨੂੰ ਕਹਿੰਦਾ ਇੱਥੇ ਆ ਕੇ ਮੇਰਾ ਪੇਜ ਫੋਲੋ ਕਰੋ ਇੱਕ ਮੈਨੂੰ ਪੋਸਟ ਤੁਸੀਂ ਮੇਰੇ ਪੇਜ ਤੇ ਮੈਨੂੰ ਟੈਗ ਕਰਨੀ ਹੈ ਇੱਕ ਆਲੂ ਦਾ ਭਰਿਆ ਸੁੱਕਾ ਗੋਲਗੱਪਾ ਬਿਲਕੁਲ ਫ੍ਰੀ ਹੈ ਜੀ ਲਓ ਜੀ ਜਿਹਨੇ ਫ੍ਰੀ ਗੋਲਗੱਪੇ ਖਾਣੇ ਆ ਸਰਦਾਰ ਸਾਹਿਬ ਵੱਲੋਂ ਇੱਕ ਫਾਰਮੂਲਾ ਜਿਹੜਾ ਦੱਸਿਆ ਗਿਆ ਸਾਂਝਾ ਸਾਡੇ ਨਾਲ ਕੀਤਾ ਗਿਆ ਕਿ ਤੁਸੀਂ ਫ੍ਰੀ ਗੋਲਗੱਪੇ ਵੀ ਖਾ ਸਕਦੇ ਹੋ ਇੱਕ ਛੋਟਾ ਜਿਹਾ ਜਿਹੜਾ ਤੁਹਾਨੂੰ ਕੰਮ ਕਰਨਾ ਪੈਣਾ ਹੈ ਸਟਾਲ ਤੇ ਆ ਕੇ ਇੱਧਰ ਤੁਸੀਂ ਦੇਖ ਸਕਦੇ ਹੋ ਸਰਦਾਰ ਜੀ ਗੋਲਗੱਪੇ ਲਿਖਿਆ ਵੀ ਹੋਇਆ ਫ੍ਰੀ ਗੋਲਗੱਪਾ ਲਓ ਪੁੱਛੋ ਕਿਵੇਂ ਤੋਂ ਸਰਦਾਰ ਸਾਹਿਬ ਤੋਂ ਤੁਸੀਂ ਆ ਕੇ ਪੁੱਛਣਾ ਹੈ ਕਿ ਅਸੀਂ ਗੋਲਗੱਪੇ ਜਿਹੜੇ ਫ੍ਰੀ ਖਾਣੇ ਆ ਤੇ ਕਿਸ ਤਰ੍ਹਾਂ ਖਾ ਸਕਦੇ ਆ ਸਰਦਾਰ ਜੀ ਤੁਹਾਨੂੰ ਇੱਕ ਫਾਰਮੂਲਾ ਦੱਸਣਗੇ ਤੇ ਉਹਦੇ ਨਾਲ ਤੁਹਾਨੂੰ ਜਿਹੜਾ ਫ੍ਰੀ ਗੋਲਗੱਪੇ ਮਿਲਣ ਵਾਲੇ ਆ ਤੇ ਸਰਦਾਰ ਸਾਹਿਬ ਅਸੀਂ ਗੱਲ ਕਰ ਰਹੇ ਕਿੰਨਾ ਟਾਈਮ ਹੋ ਗਿਆ ਕੰਮ ਸ਼ੁਰੂ ਕੀਤੇ ਮੈਨੂੰ ਵੀ ਜੀ 3 ਮਹੀਨੇ ਜੀ 3 ਮਹੀਨੇ ਕੰਮ ਸ਼ੁਰੂ ਕੀਤੇ ਨੂੰ ਹੋ ਗਏ ਨੇ ਤੇ ਸਰਦਾਰ ਸਾਹਿਬ ਗੋਲਗੱਪੇ ਤੋਂ ਬਿਨਾਂ ਹੋਰ ਕਿਹੜੀਆਂ ਕੋਈ ਆਈਟਮ ਬਣਾਉਣੇ ਹੋ ਗੋਲਗੱਪੇ ਤੋਂ ਬਾਅਦ ਸਾਡਾ ਜੀ ਪੂਰਾ ਮੈਨਿਊ ਹੈਗਾ ਜੀ ਆਹ ਦੇਖੋ ਜੀ ਟਿੱਕੀ ਹੈ ਜੀ 5 ਤਰ੍ਹਾਂ ਦੀ ਬਰੀ ਬੱਲਾ ਹੈ ਜੀ ਸਾਡੀ ਸਪੈਸ਼ਲ ਬਾਸਕਿਟ ਚਾਟ ਹੈ ਬੇਲ ਪੂੜੀ ਹੈ ਅਸੀਂ ਹੁਣ ਸ਼ੁਰੂ ਕੀਤੀ ਹੈ ਜੀ ਆਪਣੀ ਕੁੱਲੜ ਵਾਲੀ ਟਿੱਕੀ ਆਹ ਦੇਖੋ ਜੀ ਅਸੀਂ ਲਿਖਿਆ ਸਪੈਸ਼ਲ ਕੁੱਲੜ ਟਿੱਕੀ ਸੋ ਰੇਟ ਵੀ ਤੁਹਾਨੂੰ ਇੱਥੇ ਬੜੇ ਜਿਹੜੇ ਰੀਜਨੇਬਲ ਪ੍ਰਾਈਸ ਮਿਲਣ ਵਾਲੇ ਆ ਤੋਂ ਘੱਟ ਜਿਹੜੀ ਕੀਮਤ ਵੀ ਮਿਲਣ ਵਾਲੀ ਹੈ ਟੇਸਟ ਨੂੰ ਬਹੁਤ ਵਧੀਆ ਜਿਹੜਾ ਮਿਲਣ ਵਾਲਾ ਹੈ ਤੇ ਤੁਸੀਂ ਵੀ ਆ ਕੇ ਫ੍ਰੀ ਗੋਲਗੱਪੇ ਵੀ ਖਾ ਸਕਦੇ ਆ ਤੇ ਤੁਸੀਂ ਪੈਸਿਆਂ ਦੇ ਵੀ ਗੋਲਗੱਪੇ ਖਾ ਸਕਦੇ ਆ ਤੋਂ ਸਰਦਾਰ ਸਾਹਿਬ ਦੀਆਂ ਗੱਲਾਂ ਬੜੀਆਂ ਪਿਆਰੀਆਂ ਨੇ ਤੋਂ ਸਰਦਾਰ ਸਾਹਿਬ ਫੈਮਿਲੀ ਦੇ ਵਿੱਚ ਕੌਣ ਕੌਣ ਹੈ ਫੈਮਿਲੀ ਵਿੱਚ ਅਸੀਂ 3 ਬ੍ਰਦਰ ਹੈ ਜੀ ਮੇਰੇ ਮਦਰ ਹੈ ਜੀ ਅਸੀਂ ਸਾਰੇ ਬ੍ਰਦਰ ਅਸੀਂ ਮੈਰਿਡ ਹੈ ਜੀ ਅਤੇ ਅਸੀਂ ਸਾਰੇ ਇਕੱਠੇ ਰਹਿੰਦੇ ਹਾਂ ਜੀ ਸੋ ਤੁਸੀਂ ਵੀ ਜੇ ਗੋਲਗੱਪੇ ਖਾਣ ਦੇ ਸ਼ੌਕੀਨ ਹੋ ਤਾਂ ਤੁਸੀਂ ਐਡਰੈਸ ਸੁਣ ਲਓ ਬਾਬਾ ਦੀਪ ਸਿੰਘ ਗੁਰਦੁਆਰਾ ਮਾਡਲ ਟਾਊਨ ਦੇ ਵਿੱਚ ਸਰਦਾਰ ਜੀ ਗੋਲਗੱਪਿਆਂ ਲਈ ਬੜੇ ਮਸ਼ਹੂਰ ਆ ਤੁਸੀਂ ਆ ਕੇ ਜਿਹੜਾ ਗੋਲਗੱਪਿਆਂ ਦਾ ਟੇਸਟ ਤੁਸੀਂ ਕਰ ਸਕਦੇ ਹੋ ਅਤੇ ਸਰਦਾਰ ਸਾਹਿਬ ਦੀਆਂ ਪਿਆਰੀਆਂ ਪਿਆਰੀਆਂ ਗੱਲਾਂ ਦੇ ਤੁਸੀਂ ਵੀ ਮਰੀਦ ਹੋ ਜਾਣਾ ਤੋ ਤੁਸੀਂ ਦੇਖ ਰਹੇ ਹੋ ਸਰਦਾਰ ਜੀ ਦੇ ਸਪੈਸ਼ਲ ਗੋਲਗੱਪੇ ਅਤੇ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਰੱਬ ਰੱਖਾ ਉਮੀਦ ਆ ਤੁਸੀਂ ਸਾਰੇ ਜਣੇ ਠੀਕ ਠਾਕ ਰਹੋਗੇ ਅਤੇ ਅੱਗੇ ਤੁਹਾਨੂੰ ਅਜਿਹੀਆਂ ਵੀਡੀਓਆਂ ਤੁਹਾਡੇ ਸਾਹਮਣੇ ਜਿਹੜਾ ਲੈ ਕੇ ਹਾਜ਼ਰ ਹੁੰਦੇ ਰਿਹਾ ਕਰਾਂਗੇ ਰੱਬ ਤੁਹਾਨੂੰ ਤਰੱਕੀਆਂ ਦੇਵੇ